ਦਸੂਹਾ ਵਿਖੇ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਤੜਕੇ 3 ਵਜੇ ਦੇ ਕਰੀਬ ਜੰਮੂ ਤੋਂ ਲੁਧਿਆਣਾ ਮਰੀਜ਼ ਨੂੰ ਲੈ ਕੇ ਜਾ ਰਹੀ ਇੱਕ ਐਂਬੂਲੈਂਸ ਦਸੂਹਾ ਦੇ ਅੱਡਾ ਟੱਕਰ ਸਾਹਿਬ ਵਿਖੇ ਖੜੇ ਟਰੱਕ ਨਾਲ ਜਾ ਟਕਰਾਈ, ਜਿਸ ਵਿੱਚ ਐਂਬੂਲੈਂਸ ਵਿੱਚ ਸਵਾਰ ਇੱਕ ਔਰਤ ਦੀ ਮੌਤ ਹੋ ਗਈ ਅਤੇ 5 ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 2 ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਫਿਲਹਾਲ ਦਸੂਹਾ ਪੁਲਿਸ ਨੇ ਦੋਨਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੇਰਾ ਨਾਮ ਅਰੁਣ ਸਿੰਘ ਸੰਜਾਲ ਹੈ। ਅਰੁਣ ਜੀ, ਜਦੋਂ ਇਹ ਹਾਦਸਾ ਤੁਸੀਂ ਕਿੱਥੋਂ ਚੱਲੇ ਸੀ ਅਤੇ ਕਿੰਨੇ ਬੰਦੇ ਵਿੱਚ ਸੀਗੇ ਮੌਜੂਦ ਔਰ ਕਿੱਥੇ ਜਾ ਰਹੇ ਸੀ? ਹਾਂ, ਮੈਂ ਜੰਮੂ ਤੋਂ ਆਇਆ ਸੀ, DMC ਲੁਧਿਆਣੇ ਜਾ ਰਹੇ ਸੀ। ਮੇਰੇ ਕਹਿੰਦੇ 6-7 ਬੰਦੇ ਸੀ। ਜਿਸ ਤਰ੍ਹਾਂ ਮੈਂ ਗੱਡੀ ਲੈ ਕੇ ਜਾ ਰਹੀ, ਪਿੱਛੋਂ ਕੋਈ ਗੱਡੀ ਆਈ ਹੈ ਛੋਟੀ, ਉਹਨੂੰ ਮੈਂ ਸਾਈਡ ਦਿੱਤੀ ਥੋੜ੍ਹੀ ਜਿਹੀ, ਅਤੇ ਅੱਗੇ ਟਰੱਕ ਖੜ੍ਹਾ ਸੀ ਵਿੱਚ ਰਸਤੇ 'ਤੇ, ਜਾ ਗੱਡੀ ਉਹਦੇ ਸਾਈਡ 'ਤੇ ਲੱਗੀ ਟਰੱਕ। ਲੁਧਿਆਣੇ ਜਾ ਰਹੇ ਸੀ, ਕਿੱਥੋਂ, ਕਿਹੜਾ ਹੋਸਪਿਟਲ ਤੋਂ? ਬਖਸ਼ ਨਗਰ ਜੰਮੂ ਤੋਂ ਜਾ ਰਹੇ GMC। ਕਿਹੜੇ ਪੇਸ਼ੈਂਟ ਦਾ ਨਾਂ ਕੀ ਸੀ ਜਿਹਨੂੰ ਤੁਸੀਂ ਲੈ ਰਹੇ ਸੀ? ਪੇਸ਼ੈਂਟ ਦਾ ਨਾਂ ਨਹੀਂ ਸਾਨੂੰ ਪਤਾ ਹੁੰਦਾ, ਅਸੀਂ ਡਰਾਈਵਰ ਹਾਂ। ਅੱਛਾ, ਸਰਕਾਰੀ ਐਂਬੂਲੈਂਸ ਸੀ ਜਾਂ ਪ੍ਰਾਈਵੇਟ? ਪ੍ਰਾਈਵੇਟ ਐਂਬੂਲੈਂਸ। ਠੀਕ, ਤਕਰੀਬਨ ਅੱਜ ਸਵੇਰੇ ਨੀਅਰ ਅਬਾਊਟ 3 ਵਜੇ ਸਾਡੇ ਕੋਲ 4 ਪੇਸ਼ੈਂਟ ਲੈ ਕੇ ਆਏ, 108 ਐਂਬੂਲੈਂਸ ਆਈ ਸੀਗੀ। ਉਹਨੇ ਟੱਕਰ ਸਾਹਿਬ ਗੁਰਦੁਆਰਾ ਦੇ ਲਾਗੇ ਉਹਨਾਂ ਦੇ ਐਕਸੀਡੈਂਟ ਹੋਇਆ ਸੀਗਾ ਐਂਬੂਲੈਂਸ ਦਾ। ਜੰਮੂ ਤੋਂ ਆ ਰਹੇ ਸੀਗੇ ਉਹ, ਐਂਬੂਲੈਂਸ ਉਹ ਰੈਫਰ ਹੋ ਕੇ ਆ ਰਹੇ ਸੀਗੇ ਉਧਮਪੁਰ ਜਾਂ ਕਟਰੇ ਵਾਲੀ ਸਾਈਡ ਤੋਂ, ਅਤੇ ਔਨ ਦੀ ਸਪੋਟ ਜਿਹੜੇ ਉੱਥੇ ਸੀਗੇ 4 ਪੇਸ਼ੈਂਟ ਦੇ ਵਿੱਚੋਂ ਇੱਕ ਦੀ ਜਿਹੜੀ ਲੇਡੀ ਸੀਗੀ ਉਹਦੀ ਡੈਥ ਹੋ ਗਈ। ਅਤੇ ਸਾਡੇ ਕੋਲ 3 ਪੇਸ਼ੈਂਟ ਆਏ ਨੇ ਇੱਥੇ 3.75 ਦੇ ਕਰੀਬ, ਇੱਕ ਨੂੰ ਮੁਕੇਨੀਆ ਰੈਫਰ ਕਰ ਦਿੱਤਾ ਗਿਆ ਸੀ ਜਿਹੜਾ ਡਰਾਈਵਰ ਸੀਗਾ, ਅਤੇ ਜਿਹੜੇ 3 ਪੇਸ਼ੈਂਟ ਸੀਗੇ 3 ਦੇ ਵਿੱਚੋਂ ਇੱਕ ਜ਼ਿਆਦਾ ਸੀਰੀਅਸ ਸੀਗਾ, ਉਹਦੇ ਬ੍ਰੇਨ ਹੈਮਰੇਜ ਹੋਇਆ ਸੀਗਾ ਅਤੇ ਬਸ ਉਹ ਸਕਲ ਕੰਪਲੀਟਲੀ ਵਿਜ਼ੀਬਲ ਹੋ ਗਿਆ ਸੀਗਾ, ਪੂਰਾ ਸਕਲ ਫ੍ਰੈਕਚਰ ਹੋ ਗਿਆ ਸੀਗਾ, ਅਤੇ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈਗਾ ਫਰਦਰ ਹਾਇਰ ਸੈਂਟਰ। ਅਤੇ 2 ਜਿਹੜੇ ਕੇਸ ਸੀਗੇ ਉਹਦੇ ਵਿੱਚ ਇੱਕ ਤਾਂ ਫ੍ਰੈਕਚਰ ਸੀਗਾ, ਇੱਕ ਦੀ ਡੈਥ ਹੋ ਗਈ ਹੈ, ਉਹਨੂੰ ਆਪਾਂ ਇੱਥੇ ਮੋਰਚੇ 'ਚ ਰਖਾ ਲਿਆ, ਅਤੇ ਫਿਲਹਾਲ ਸਾਰੇ ਕੇਸ ਜਿਹੜੇ ਰੈਫਰਡ ਨੇ ਇਸ ਵੇਲੇ। ਉਹ ਲੇਡੀ ਔਨ ਦੀ ਸਪੋਟ ਡੈਥ ਹੋ ਗਈ ਸੀ ਉਹਦੀ, ਅਤੇ ਫਿਲਹਾਲ ਬੋਡੀ ਅਸੀਂ ਮੋਰਚੇ 'ਚ ਰਖਾਈ ਹੋਈ ਹੈ ਇੱਥੇ। ਹੈਲੋ, ਹੋਰ ਸੁਣਾ ਦੇ। ਸਿਵਲ ਹੋਸਪਿਟਲ ਕਿੰਨੇ? ਇੱਥੇ ਕੋਈ ਵੀ ਹੈ ਨਹੀਂ ਇਸ ਟਾਈਮ।